ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ MCPP ਡਿਪਾਰਟਮੈਂਟ ਅਤੇ ਮੈਂ ਤੁਹਾਡੇ ਨਾਲ ਤੁਹਾਡੇ ਦਿਲਾਂ ਦੀ ਧੜਕਣ ਅਤੇ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੀ ਪਿਆਰੀ ਜੀ ਕਿਊਟ ਜੀ ਐਂਕਰ ਦੀਕਸ਼ਾ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 13 February ਹੈ, ਸੋ ਮੈਨੂੰ ਪਤਾ ਫੈਬ ਦਾ ਨਾਮ ਸੁਣ ਕੇ ਤੁਹਾਡਾ ਦਿਮਾਗ ਕਿਤੇ ਹੋਰ ਹੀ ਜਾਏਗਾ। ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਵਰਲਡ ਰੇਡੀਓ ਡੇ ਹੈ। ਸੋ ਇਸ ਖਾਸ ਦਿਨ ਦੇ ਨਾਲ ਸਾਡੇ ਨਾਲ ਮੌਜੂਦ ਨੇ ਇੱਕ RJ, ਪ੍ਰਿੰਸੀਪਲ, ਟੀਚਰ, ਵੋਇਸ ਆਰਟਿਸਟ। ਸੋ ਇਹ ਅਲੱਗ ਅਲੱਗ ਪਰਸਨ ਨਹੀਂ ਹੈ, ਇੱਕ ਹੀ ਪਰਸਨ ਹੈ। ਸੋ ਮੈਂ ਤੁਹਾਨੂੰ ਦੇਰੀ ਨਾ ਕਰਦੇ ਹੋਏ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਪਾਰਸ ਚੱਡਾ ਸਰ ਨਾਲ। ਸੋ ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਸੁਣਨ ਵਾਲੇ ਸਾਰੇ ਹੀ ਸ਼ਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ। ਆਈ ਫੀਲ ਵੈਰੀ ਗ੍ਰੈਡ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਤੁਹਾਡੇ ਨਾਲ, ਤੁਹਾਡੇ ਸ਼ੋਅ 'ਚ ਜੁੜਿਆ, ਤੁਹਾਡੇ ਕਾਲਜ ਦੇ ਨਾਲ ਤੁਹਾਡੇ ਨਾਲ ਜੁੜਨ ਦਾ ਮੌਕਾ ਮਿਲਿਆ। ਸੋ ਆਈ ਐਮ ਫੀਲ ਵੈਰੀ ਗਲੈਡ। ਸਰ, ਜਿਵੇਂ ਕਿ ਸਰ ਮੈਂ ਇੰਟਰੋ 'ਚ ਦੱਸਿਆ ਕਿ ਤੁਸੀਂ ਇੱਕ RJ ਵੀ ਹੋ, ਪ੍ਰਿੰਸੀਪਲ ਵੀ ਹੋ, ਠੀਕ ਹੈ, ਟੀਚਰ ਵੀ ਹੋ, ਅਤੇ ਇੰਨਾ ਆਪਣੀ ਫੈਮਿਲੀ ਵੀ ਨਾਲ ਦੀ ਨਾਲ ਮੈਨੇਜ ਕਰਦੇ ਸੀ, ਇੰਨਾ ਸਾਰਾ ਕੰਮ ਕਿਵੇਂ ਮੈਨੇਜ ਕਰ ਲੈਂਦੇ ਸਰ? ਦੇਖੋ, ਆਪਣੇ ਕੰਮ ਨੂੰ ਪਿਆਰ ਕਰਨਾ ਸਿੱਖੋ। ਸਭ ਤੋਂ ਜ਼ਰੂਰੀ ਹੈ ਕਿ ਬੈਲੈਂਸ ਬਣਾਓ, ਹਰ ਇੱਕ ਕੰਮ ਨੂੰ ਟਾਈਮ ਦਿਓ, ਔਰ ਅਗਰ ਤੁਸੀਂ ਬੈਲੈਂਸ ਬਣਾ ਕੇ ਚੱਲੋਗੇ, ਮੈਨੂੰ ਲੱਗਦਾ ਕਿਸੇ ਵੀ ਕੰਮ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਔਰ ਤੁਸੀਂ ਹਰ ਕੰਮ ਨੂੰ ਇੰਜੋਏ ਕਰੋਗੇ। ਸੋ ਸਰ, ਤੁਹਾਡੀ ਸਟਾਰਟਿੰਗ ਤੋਂ ਸੀ ਕਿ ਮੈਂ ਇੱਕ RJ ਬਣਨਾ ਹੈ, ਕਿ ਮਤਲਬ ਮੈਂ ਮੀਡੀਆ ਲਾਈਨ 'ਚ ਹੀ ਜਾਣਾ ਹੈ? ਨਹੀਂ, ਮੈਂ ਟੂ ਬੀ ਵੈਰੀ ਫਰੈਂਕ ਵਿਦ ਯੂ, ਮੇਰਾ ਬਿਲਕੁਲ ਨਹੀਂ ਸੀ ਕਿ ਮੈਂ ਇੱਕ RJ ਬਣਨਾ ਹੈ, ਮੈਂ ਰੇਡੀਓ ਲਾਈਨ ਦੇ ਵਿੱਚ ਜਾਣਾ ਹੈ। ਮੇਰੀ ਹਾਈਟ ਬਹੁਤ ਅੱਛੀ ਹੈ, ਮੈਂ ਪਲੇਅਰ ਬਹੁਤ ਅੱਛਾ ਹੈ, ਮੈਂ ਵਾਲੀਬਾਲ ਦਾ ਪਲੇਅਰ ਸੀ, ਹਾਂ, ਐਂਡ ਮੇਰਾ ਦਿਲ ਸੀ ਕਿ ਮੈਂ ਵਾਲੀਬਾਲ ਗੇਮ ਨੂੰ ਪਰਸਿਊ ਕਰਾਂ, ਉਹਨੂੰ ਅੱਗੇ ਲੈ ਕੇ ਜਾਵਾਂ ਅਤੇ ਪੰਜਾਬ ਜਾਂ ਇੰਡੀਆ ਨੂੰ ਰਿਪ੍ਰਜੈਂਟ ਕਰਨ ਦੀ ਕੋਸ਼ਿਸ਼ ਕਰਾਂ। ਸ਼ਾਇਦ ਮੈਂ ਉਹ ਗੱਲ ਆਪਣੇ ਫਾਦਰ ਸਾਹਿਬ ਨਾਲ ਨਹੀਂ ਕਰ ਪਾਇਆ। ਸੋ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਸਟੱਡੀ ਦਾ, ਠੀਕ ਹੈ, ਨਾਲ ਨਾਲ ਮੇਰਾ ਸ਼ੌਂਕ, ਲਿਖਣਾ ਮੇਰਾ ਸ਼ੌਂਕ ਹੈ, ਮੈਂ ਲਿਖ ਲੈਂਦਾ, ਅਤੇ ਉਸ ਸ਼ੌਂਕ ਨੂੰ ਜ਼ਿੰਦਾ ਰੱਖਦੇ ਹੋਏ ਸ਼ਾਇਦ ਉਹ ਮੇਰੇ ਫਾਦਰ ਸਾਹਿਬ ਕਰਕੇ ਮੈਨੂੰ ਮਿਲਿਆ ਹੈ, ਅਤੇ ਉਹਨਾਂ ਕਰਕੇ ਅੱਜ ਅਗਰ ਮੈਂ RJ ਵੀ ਹਾਂ, ਟੀਚਰ ਹਾਂ, ਪ੍ਰਿੰਸੀਪਲ ਹਾਂ, ਸਭ ਉਹਨਾਂ ਦਾ ਕਰਕੇ ਹੈ। ਜਿਵੇਂ ਕਿ ਸਰ ਤੁਸੀਂ ਕਿਹਾ ਲਿਖਣਾ ਮੇਰਾ ਸ਼ੌਂਕ ਹੈ, ਮੈਂ ਚਾਹਾਂਗੀ ਕਿ ਦੋ ਲਾਈਨਾਂ ਮੈਨੂੰ ਵੀ ਸੁਣਾ ਦਿਓ। ਮੈਂ ਹਰ ਵਾਰ ਦੇਖੋ ਆਪਣੇ ਪਿਆਰ ਨੂੰ ਕਹਿ ਕੇ, ਲਾਲ ਰੰਗ ਮੈਨੂੰ ਬਹੁਤ ਪਸੰਦ ਹੈ, ਅਤੇ ਮੈਨੂੰ ਜਿੱਥੇ ਵੀ ਮੌਕਾ ਮਿਲਦਾ, ਜਿੰਨੀ ਵਾਰ ਮੌਕਾ ਮਿਲਦਾ ਨਾ, ਅਤੇ ਉਹ ਮੈਂ ਲਾਈਨਾਂ ਮੇਰੇ ਦਿਲ ਦੇ ਬਹੁਤ ਕਰੀਬ ਨੇ, ਔਰ ਮੈਨੂੰ ਲੱਗਦਾ ਹੈ ਕਿ ਉਹ ਲਾਈਨਾਂ ਨੂੰ ਮੈਂ ਹਮੇਸ਼ਾ ਸੁਣਾਉਂਦੇ ਰਹਾਂ, ਲੋਕ ਸੁਣਦੇ ਰਹਿਣ, ਕਿਉਂਕਿ ਲਾਲ ਰੰਗ 'ਚ ਆਪਣੇ ਆਪ 'ਚ ਪਿਆਰ ਦਾ ਇੱਕ ਕਹਿੰਦੇ ਹੁੰਦੇ ਪ੍ਰਤੀਕ ਹੈ, ਅਤੇ ਮੈਂ ਤੇਰੇ ਨਾਲ ਜੀਣਾ ਚਾਹੁੰਦਾ ਹਾਂ, ਇਸ ਪਲ ਨੂੰ ਤੇਰੇ ਨਾਲ ਬਿਤਾਉਣਾ ਚਾਹੁੰਦਾ ਹਾਂ, ਤੂੰ ਮਿਲ ਜਾਏ ਅਤੇ ਰੱਬ ਮਿਲ ਜਾਏ, ਤੇਰੀ ਰਾਹਾਂ 'ਚ ਪਲਕਾਂ ਵਿਛਾਉਣਾ ਚਾਹੁੰਦਾ ਹਾਂ। ਮੈਨੂੰ ਬਹੁਤ ਪਸੰਦ ਆ ਲਾਲ ਰੰਗ, ਉਸ ਲਾਲ ਰੰਗ ਵਿੱਚ ਤੈਨੂੰ ਆਪਣੇ ਘਰ ਲਿਆਉਣਾ ਚਾਹੁੰਦਾ ਹਾਂ, ਤੈਨੂੰ ਆਪਣੇ ਘਰ ਲਿਆਉਣਾ ਚਾਹੁੰਦਾ। ਹਾਏ, ਕਾਸ਼ ਅੱਜ ਮੈਂ ਵੀ ਲਾਲ ਰੰਗ ਪਾਇਆ ਹੁੰਦਾ। ਸੋ ਸਰ, ਜਿਵੇਂ ਕਿ ਨਾ ਮੈਨੂੰ ਲੱਗਦਾ ਬਹੁਤ ਸਾਰੇ ਸਟੂਡੈਂਟਸ ਦਾ ਕੁਐਸਚਨ ਹੈਗਾ ਕਿ RJ ਲਈ ਆਵਾਜ਼ ਸੋਹਣੀ ਹੋਣੀ ਚਾਹੀਦੀ ਕਿ ਨਹੀਂ? ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਆਵਾਜ਼ ਅੱਛੀ ਹੋਣੀ ਚਾਹੀਦੀ ਹੈ, ਪਰ ਉਹਦੀ ਤੁਹਾਡੀ ਪ੍ਰੈਕਟਿਸ ਵੀ ਨਾਲ ਨਾਲ ਜ਼ਰੂਰੀ ਹੈ। ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਹੈ, ਉਹਨੂੰ ਬਸ ਪੋਲਿਸ਼ ਕਰਨ ਦੀ ਜ਼ਰੂਰਤ ਹੈ। ਔਰ ਅਗਰ ਅਸੀਂ ਕਹੀਏ ਕਿ ਹਰ ਇੱਕ ਪਰਮਾਤਮਾ ਨੇ ਹਰ ਇੱਕ ਨੂੰ ਕੋਈ ਨਾ ਕੋਈ ਰੰਗ ਦਿੱਤਾ ਹੋਇਆ, ਉਸ ਰੰਗ ਨੂੰ ਪਹਿਚਾਨਣ ਦੀ ਲੋੜ ਹੈ। ਔਰ ਖਾਸ ਕਰਕੇ ਕੀ ਹੈ ਕਿ ਕੋਈ ਵੀ RJ ਬਣ ਸਕਦਾ ਹੈ, RJ ਬਣਨ ਦੇ ਵਿੱਚ ਕੋਈ ਵੱਡਾ ਸਾਇੰਸ ਨਹੀਂ ਹੈ। ਹਾਂ, ਤੁਸੀਂ ਬਹੁਤ ਅੱਛਾ ਲਿਖਦੇ ਹੋ, ਗਾਉਂਦੇ ਹੋ, ਔਰ ਆਪਣੇ ਆਪ ਨੂੰ ਪ੍ਰਜੈਂਟ, ਅਗਰ ਤੁਸੀਂ ਤੁਹਾਡਾ ਪੰਜਾਬੀ ਸੱਭਿਆਚਾਰ 'ਤੇ ਜਾਂ ਪੰਜਾਬੀ ਲੈਂਗੁਏਜ 'ਤੇ ਤੁਹਾਡੀ ਕਮਾਂਡ ਹੈ, ਅਤੇ ਤੁਸੀਂ ਅਗਰ ਵਧੀਆ ਬੋਲਦੇ ਹੋ ਔਰ ਅਗਰ ਅੱਛਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦੇ ਹੋ, ਤਾਂ ਮੈਨੂੰ ਉਮੀਦ ਹੈ ਕਿ ਕੋਈ ਵੀ ਬੱਚਾ ਜਿਹੜਾ ਉਹ RJ ਬਣ ਸਕਦਾ ਹੈ। ਸੋ ਸਰ, ਅੱਜ ਮੈਨੂੰ ਐਵੇਂ ਲੱਗ ਰਿਹਾ ਕਿ ਤੁਸੀਂ ਮੇਰੇ ਸਾਹਮਣੇ ਖਜ਼ਾਨਾ ਬੈਠੇ ਹੋਏ ਹੋ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਆ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡੀ ਇਸ ਕਹਿ ਲਓ ਕਿ ਵਰਲਡ ਰੇਡੀਓ ਡੇ ਦੇ ਉੱਤੇ ਤੁਹਾਡੇ ਨਾਲ ਜੁੜ ਪਾ ਰਿਹਾ ਹਾਂ। ਜਿੰਨੇ ਵੀ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਸਾਰਾ ਪਿਆਰ ਔਰ ਬਹੁਤ ਸਾਰੀਆਂ ਵਿਸ਼ਿਜ਼, ਔਰ ਉਮੀਦ ਇਹੀ ਹੈ ਕਿ ਤੁਹਾਡੇ ਵਿੱਚੋਂ ਹੀ ਨੈਕਸਟ RJ ਜੋ ਸਾਡੇ ਨਾਲ ਜੁੜ ਸਕੇ ਔਰ
ਆਪਣੀ ਕਾਬਲੀਅਤ ਨੂੰ ਪਹਿਚਾਣ ਸਕੇ ਔਰ ਮੈਨੂੰ ਉਮੀਦ ਹੈ ਇਸ ਕਾਲਜ ਲਈ ਤੁਹਾਡੇ ਸਾਰੇ ਬੱਚਿਆਂ ਲਈ ਮੇਰੀਆਂ ਬੈਸਟ ਵਿਸ਼ਿਜ਼ ਨੇ ਔਰ ਉਮੀਦ ਇਹੀ ਹੈ ਕਿ ਤੁਹਾਡੇ 'ਚੋਂ ਨੈਕਸਟ ਜਿਹੜੀ ਗਰਲ ਆਰਜੇ ਹੈ ਮੈਂ ਜ਼ਰੂਰ ਦੇਖਣਾ ਮੇਰਾ ਸੁਪਨਾ ਹੋਏ ਸੋ ਮੈਂ ਹੀ ਨਾ ਹੋਵਾਂ ਬਿਲਕੁਲ ਮੇਰੀਆਂ ਵਿਸ਼ਿਜ਼ ਨੇ ਡੈਫੀਨੇਟਲੀ ਯੂ ਆਰ ਵੈਰੀ ਕੌਨਫੀਡੈਂਟ ਔਰ ਤੁਹਾਡਾ ਬੋਲਣ ਦਾ ਲਹਿਜਾ ਬਹੁਤ ਅੱਛਾ ਹੈ ਉਮੀਦ ਇਹੀ ਹੈ ਕਿ ਇਹੀ ਗੱਲ ਮੇਰੀਆਂ ਵਿਸ਼ਿਜ਼ ਨੇ ਡੈਫੀਨੇਟਲੀ ਕਿ ਸੋ ਸਰ ਨੇ ਕਹਿਤਾ ਮਿੰਦਲ ਇਦਮ ਅੱਧੀ ਅਰਜ ਬਣ ਚੁੱਕੀ ਆ ਅੱਧੀ ਨਹੀਂ ਪੂਰੀ ਬਣ ਚੁੱਕੀ ਹੈ ਕਿਉਂਕਿ ਜਦੋਂ ਅਸੀਂ ਇੰਟਰਵਿਊ ਕਰਨ ਲੱਗ ਪੈਂਦੇ ਆ ਫਿਰ ਪੂਰੇ ਅਰਜ ਬਣ ਜਾਂਦੇ ਆ ਹਾਂਜੀ ਸਰ ਜਿਵੇਂ ਕਿ ਤੁਸੀਂ ਫੋਨ ਇਨ ਇੰਟਰਵਿਊ ਬਹੁਤ ਜ਼ਿਆਦਾ ਕਰਦੇ ਹੋ ਜੀ ਤਾਂ ਕਿਉਂ ਨਾ ਸਰ ਉਦਾਂ ਦੀ ਸਿਚੁਏਸ਼ਨ ਕ੍ਰੀਏਟ ਕਰੀਏ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਹੈਂਡਲ ਕਰਦੇ ਹੋ ਠੀਕ ਹੈ ਜੀ ਆਪਾਂ ਕਰ ਲੈਂਦੇ ਆ ਦੱਸੋ ਆਪਾਂ ਪਲਾਨ ਕਰ ਲੈਂਦੇ ਆ ਸੋ ਸਾਡਾ ਲਿਸਨਰ ਤਿਆਰ ਹੈ ਠੀਕ ਹੈ ਤੇ ਸਾਡਾ ਅਰਜ ਵੀ ਤਿਆਰ ਹੈ ਠੀਕ ਹੈ ਆਪਾਂ ਹੁਣ ਮੈਂ ਦੇਖੋ ਜੀ ਸਾਡਾ ਮੈਂ ਅਨਾਊਂਸਮੈਂਟ ਕਰ ਦੇਣਾ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਕਿ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਪੰਜਾਬੀਅਤ ਦੀ ਆਵਾਜ਼ ਪ੍ਰੋਗਰਾਮ ਸੌਗਾਤ ਹੈ ਸੌਗਾਤ ਦੇ ਵਿੱਚ ਅੱਜ ਕਿਹੜੇ ਦੋਸਤ ਮੇਰੇ ਲਈ ਗਾਣਿਆਂ ਦੀ ਕਿਹੜੀ ਸੌਗਾਤ ਲੈ ਕੇ ਆਏ ਨੇ 0181-23-174 ਨੰਬਰ ਹੈ ਸੋ ਨੰਬਰ ਡਾਇਲ ਕਰਕੇ ਕਿਹੜੇ ਦੋਸਤ ਸਟੂਡੀਓ ਦੇ ਵਿੱਚ ਪਹੁੰਚੇ ਨੇ ਆਓ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਹਾ ਹੈ ਸਰ ਆਪ ਸਰ ਆਪਸੇ ਮਤਲਬ ਮੇਰਾ ਸੁਪਨਾ ਥਾ ਕਿ ਮੇਰਾ ਆਪਸੇ ਮੇਰੀ ਬਾਤ ਹੋ ਸਕੇ ਪਹਿਲਾਂ ਤਾਂ ਦੇਖੋ ਜੀ ਕੌਣ ਬੋਲ ਰਿਹਾ ਹੈ ਔਰ ਕਹਾਂ ਸੇ ਉਹਨੇ ਹਮੇ ਕਾਲ ਕੀ ਹੈ ਆਪ ਹਮੇ ਜ਼ਰੂਰ ਬਤਾਏ ਕਿ ਆਪਕੀ ਕਾਲ ਕਹਾਂ ਸੇ ਚਲ ਕੇ ਆਕਾਸ਼ਵਾਣੀ ਕੇ ਆਂਗਨ ਮੇ ਆਈ ਹੈ ਸਰ ਮੇਰਾ ਨਾਮ ਰੀਨਾ ਹੈ ਔਰ ਮੈਂ ਜਲੰਧਰ ਸੇ ਹੀ ਹੂੰ ਔਰ ਮੈਨੇ ਆਪਕਾ ਸ਼ੋਅ ਮਤਲਬ ਰੋਜ਼ ਮੈਂ ਸੁਣਤੀ ਔਰ ਮੁਝੇ ਨਾ ਮਤਲਬ ਬਸ ਡ੍ਰੀਮ ਕਹਿ ਲਓ ਮੇਰਾ ਥਾ ਕਿ ਮੈਂ ਇੱਕ ਵਾਰ ਆਪਕੀ ਕਾਲ ਲੱਗ ਜਾ ਔਰ ਆਪ ਉਠਾ ਲਓ ਕਾਲ ਔਰ ਮੇਰੀ ਆਪਸੇ ਇੱਕ ਵਾਰ ਬਸ ਬਾਤ ਹੋ ਜਾਏ ਸਰ ਆਪਕੀ ਆਵਾਜ਼ ਇਤਨੀ ਪਿਆਰੀ ਬਹੁਤ ਬਹੁਤ ਸ਼ੁਕਰੀਆ ਆਪਕੇ ਇਸ ਪਿਆਰ ਕੇ ਲੀਏ ਆਪਕੇ ਇਸ ਪਿਆਰ ਕੇ ਲੀਏ ਹੀ ਹਮ ਸਟੂਡੀਓ ਮੇ ਹਰ ਵਾਰ ਜੁੜਤੇ ਹੈ ਸੌਗਾਤ ਪ੍ਰੋਗਰਾਮ ਮੇ ਹੈ ਹੀ ਹੈ ਆਪਕੇ ਲੀਏ ਬਹੁਤ ਸਾਰੇ ਗੀਤ ਬਹੁਤ ਸਾਰਾ ਪਿਆਰ ਅੱਜ ਕੌਨ ਸਾ ਗੀਤ ਸੁਣਨਾ ਚਾਹੇਂਗੇ ਸਰ ਗੀਤ ਤੋ ਮੈਂ ਮਤਲਬ ਬਹੁਤ ਸੁਣਤੇ ਆਪਨੇ ਬਹੁਤ ਸਾਰੇ ਲਗਾਏ ਪਰ ਮੁਝੇ ਅੱਜ ਗਾਣਾ ਨਹੀਂ ਮੈਂ ਚਾਹਤੀ ਜੈਸੇ ਆਪ ਬਹੁਤ ਸਾਰੀ ਲਾਈਨਸ ਬੋਲਤੇ ਪਿਆਰੀ ਪਿਆਰੀ ਮੈਂ ਚਾਹਤੀ ਹੂੰ ਆਪ ਮੇਰੇ ਲਈ ਵੀ ਅੱਛੀ ਸੀ ਲਾਈਨਸ ਬੋਲ ਦੋ ਕੁਛ ਲਾਈਨਸ ਹਮ ਸਭ ਕੇ ਲਈ ਬੋਲਤੇ ਹੈ ਕਿ ਪਿਆਰ ਲੁਟਾਨੇ ਆਏ ਹੈ ਪਿਆਰ ਹੀ ਦੇ ਕੇ ਜਾਏਂਗੇ ਆਪਕਾ ਪਿਆਰ ਬੇਸ਼ੁਮਾਰ ਹਰ ਸ਼ਨੀਵਾਰ ਐਸੀ ਲੇਤੇ ਰਹੇਂਗੇ ਸੁਗਾਤ ਪ੍ਰੋਗਰਾਮ ਹੈ ਹੀ ਆਪਕਾ ਹੈ ਔਰ ਆਪਕੇ ਲੀਏ ਹੀ ਬਣਾ ਹੈ ਕਿਉਂਕਿ ਲੋਕ ਜਬ ਕਾਲ ਕਰਤੇ ਹੈ ਹਮੇ ਪਿਆਰ ਦੇਤੇ ਹੈ ਤੋ ਵੀ ਹਮ ਇੱਕ ਆਰਜੇ ਜੋ ਕਹਤੇ ਹੈ ਨਾ ਕਿ ਹਮਾਰੀ ਜੋ ਖਾਣੇ ਕੀ ਜੋ ਸ਼ੁਰੂਆਤ ਹੈ ਦਿਨ ਕਾ ਜੋ ਅੰਤ ਹੈ ਉਹ ਆਪਕੇ ਸਭ ਪਿਆਰ ਸੇ ਹੋਤਾ ਹੈ ਤੋ ਉਮੀਦ ਇਹੀ ਹੈ ਕਿ ਆਪਕੋ ਅੱਛਾ ਲਗੇਗਾ ਟਾਈਮ ਮੁਝੇ ਇਜਾਜ਼ਤ ਨਹੀਂ ਦੇ ਰਹਾ ਜਲਦੀ ਜਲਦੀ ਬਤਾਈਏ ਅੱਜ ਗੀਤ ਕੌਣ ਸਾ ਸੁਣੇਗੇ ਸਰ ਗੀਤ ਐਸਾ ਹੈ ਕਿ ਹਮ ਸੁਣਨਾ ਨਹੀਂ ਐਸਾ ਕਰੀਏ ਆਪ ਨਾ ਆਪ ਆਪਣੇ ਮਨ ਸੇ ਹੀ ਲਗਾ ਦੀਜੀਏ ਮੇਰਾ ਕੋਈ ਮਤਲਬ ਅੱਛਾ ਸਾ ਗਾਣਾ ਜੋ ਆਪਕੋ ਲਗੇ ਮੇਰੇ ਪੇ ਸੂਟ ਕਰੇ ਚਲੀਏ ਠੀਕ ਹੈ ਜੀ ਲਓ ਜੀ ਇਹਦਾ ਦੋਸਤ ਨੇ ਉਮੀਦ ਕੀਤੀ ਸੀ ਸਾਡੇ ਤੋਂ ਗੀਤ ਜ਼ਿੰਮਾ ਸਾਡੇ ਉੱਤੇ ਸੁੱਟ ਦਿੱਤਾ ਹੈ ਕਿ ਗੀਤ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸੁਣਾ ਦਿਓ ਉਮੀਦ ਇਹੀ ਹੈ ਸੁਣਨ ਵਾਲੇ ਜਿੰਨੇ ਵੀ ਦੋਸਤ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਕਹਿੰਦੇ ਨੇ ਕਿ ਗੁਰਦਾਸ ਮਾਨ ਸਾਹਿਬ ਨੇ ਬਹੁਤ ਅੱਛਾ ਕਿਆ ਖੂਬ ਗਾਇਆ ਹੈ ਕਿ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ ਹੱਸਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਸੋ ਇਹੀ ਗੀਤ ਮੈਂ ਸਾਰੇ ਦੋਸਤਾਂ ਨੂੰ ਡੈਡੀਕੇਟ ਕਰਨਾ ਚਾਹੁੰਦਾ ਕੰਮ ਨੂੰ ਛੱਡ ਕੇ ਲਾਈਫ ਦੇ ਵਿੱਚ ਸਟ੍ਰੈਸ ਬਹੁਤ ਹੈ ਪਰ ਹਾਂ ਹੱਸਣਾ ਬਹੁਤ ਜ਼ਰੂਰੀ ਹੈ ਸੋ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ ਗੁਰਦਾਸ ਮਾਨ ਦੀ ਆਵਾਜ਼ 'ਚ ਤੋ ਸਰ ਨੇ ਹਰ ਇੱਕ ਚੀਜ਼ ਇੰਨੇ ਵਧੀਆ ਤਰੀਕੇ ਨਾਲ ਹੈਂਡਲ ਕੀਤੀ ਹੈ ਮੈਨੂੰ ਲੱਗ ਰਿਹਾ ਕਿ ਇਹ ਸਮਾਂ ਇੱਥੇ ਹੀ ਰੁਕ ਜੇ ਤਾਂ ਮੈਂ ਸਰ ਨਾਲ ਹੋਰ ਸਾਰੀਆਂ ਢੇਰ ਸਾਰੀਆਂ ਗੱਲਾਂ ਕਰਾਂ ਸੋ ਸਰ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਤੇ ਆਈ ਹੋਪ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਮੈਨੂੰ ਬਹੁਤ ਵਧੀਆ ਲੱਗਾ ਖਾਸ ਕਰਕੇ ਮੈਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਗਏ ਨੇ ਕਿ ਪੁਰਾਣੇ ਦਿਨਾਂ ਦੇ ਵਿੱਚ ਮੈਂ ਕਿਵੇਂ ਇੱਕ ਕਾਲਜ ਦੇ ਵਿੱਚ ਐਂਟਰ ਕਰਕੇ ਬਹੁਤ ਸਾਰੀ ਮਸਤੀਆਂ ਬਹੁਤ ਸਾਰਾ ਅਸੀਂ ਆਪਣੇ ਦੋਸਤਾਂ ਦੇ ਨਾਲ ਫਨ ਕਰਦੇ ਹੁੰਦੇ ਸੀ ਪਰ ਅੱਜ ਹਾਂ ਠੀਕ ਹੈ ਅਸੀਂ ਉਸ ਮੁਕਾਮ 'ਤੇ ਪਹੁੰਚੇ ਹਾਂ ਜਿੱਥੇ ਬੱਚਿਆਂ ਨੂੰ ਗਾਈਡ ਕਰਦੇ ਹਾਂ ਮੇਰੀ ਤੁਹਾਡੀ ਸਾਰੀ ਟੀਮ ਨੂੰ ਸਾਰੇ ਟੀਚਰਸ ਨੂੰ ਪੂਰੇ ਕਾਲਜ ਨੂੰ ਬੈਸਟ ਵਿਸ਼ਿਜ਼ ਨੇ ਉਮੀਦ ਇਹੀ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਅਸੀਂ ਜੋ ਸੈਲੀਬ੍ਰੇਟ ਕਰ ਰਹੇ ਹਾਂ ਇਹ ਅਸੀਂ ਹਮੇਸ਼ਾ ਸੈਲੀਬ੍ਰੇਟ ਕਰਦੇ ਰਹੀਏ
ਜੀ ਬੋਲੀਏ, ਜੀ ਕਹੀਏ, ਪਿਆਰ ਵੰਡਣ ਆਏ ਹਾਂ, ਪਿਆਰ ਵੰਡਦੇ ਰਹੀਏ। ਔਰ ਉਮੀਦ ਔਰ ਖਾਸ ਕਰਕੇ ਇਹ ਹੈ ਕਿ ਸਾਡੇ ਯੂਥ ਦੇ ਵਿੱਚ ਬਹੁਤ ਟੈਲੈਂਟ ਹੈ, ਜਿੰਨਾ ਯੂਥ ਜਿੰਨੀਆਂ ਗਰਲਸ ਪਾਵਰ ਅੱਜ ਮੈਂ ਦੇਖੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਐਨਰਜੀ ਦੇਖੀ ਹੈ, ਮੈਨੂੰ ਉਮੀਦ ਹੈ ਕਿ ਸਾਡੇ ਆਉਣ ਵਾਲੇ ਜਿਹੜੇ ਆਰਜੇਸ ਨੇ ਨਾ, ਉਹ ਫਿਰ ਇਸੇ ਕਾਲਜ ਤੋਂ ਨਿਕਲਣਗੇ। ਸੋ ਸਰ, ਇੰਨੇ ਸੋਹਣੇ ਸ਼ਬਦਾਂ ਨਾਲ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਅਤੇ ਇਹਦੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰ ਦਿਓ। ਥੈਂਕ ਯੂ।